पंजाब पंजाबी अते पंजाबीयत दी सेवा दे विच हाजरी भरदा होया तुहाडा अपना सिटी लाइव चैनल अज एक बारी फिर तुहानू लेके पहुंचिया हलका दाखा दे पिंड हांस कलां दे विच। पिंड हांस कलां दे संबंध दे विच तुहानू दसना चाहांगे कि इत्थों जो सरपंच पिंड वालियां ने चुने सी ओह स्वर्गवास हो चुके ने। जी हाँ, इत्थों दे सरपंच सी स्वर्गवासी सरदार मनजीत सिंह जी, पर स्वर्गवासी सरदार मनजीत सिंह जी तो बाद बतौर अधिकारित सरपंच जिम्मेवारी मिली महेंद्र सिंह नूं। पर जिस तरह ही आम आदमी पार्टी की सरकार बनी तो मुख्यमंत्री भगवंत सिंह मान दे रंगला पंजाब का सुपना साकार करन वाले हलका दाखा दे पिंडां दे विच आम आदमी पार्टी के वोटर सपोर्टर के तुहानू सिटी लाइव चैनल रूबरू करवा रहा है। अज तुहानू लेके पहुंचिया पिंड हांस कलां दे विच सरदार भजन सिंह जी दे कोल। आओ आपां गलबात करिए सरदार भजन सिंह जी दे नाल। भजन सिंह जी, आपां तुहाडे नाल तुहाडे पिंड दे संबंध विच गल करिए, उस तो पहला आपां फतेह दी सांझ बुला लीए जी। वाहेगुरु जी का खालसा, वाहेगुरु जी का खालसा, वाहेगुरु जी की फतेह। भजन जी, आपां तुहाडे नाल तुहाडे पिंड दे संबंध विच गल करिए, उस तो पहला तुहाडी पार्टी दे संबंध विच गल करदे आं। आम आदमी पार्टी दी जदों सरकार बनी 2022 नूं ਤਾਂ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ? ਬਹੁਤ ਵਧੀਆ ਜੀ, ਬਹੁਤ ਵਧੀਆ। ਜਿਹੜੇ ਰਹਿੰਦੇ ਕੰਮ ਸਮਾਂ ਹੋ ਜਾਣਗੇ, ਪਹਿਲਾਂ ਕੋਈ ਪਹਿਲਾਂ ਜਿਹੜੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਕੁਛ ਨਹੀਂ ਕੀਤਾ, ਸਾਰੇ ਆਪੋ ਆਪਣੇ ਘਰਾਂ ਨੂੰ ਪੈ ਗਏ ਆ, ਕੋਈ ਕੰਮ ਨਹੀਂ ਹੋਇਆ। ਹੁਣ ਪਤਾ ਲੱਗਦਾ ਵੀ ਕਿਹਨੇ ਕਿੰਨਾ ਘਟਾਲਾ ਕੀਤਾ, ਕਿਹਨੇ ਕਿੰਨਾ ਕੀਤਾ। ਉਹ ਚੀਜ਼ਾਂ ਨੂੰ ਦੇਖ ਕੇ ਇਹ ਸਰਕਾਰ ਕੁਛ ਨਾ ਕੁਛ ਕਰੂਗੀ। ਜਿਹੜੇ ਆਪਾਂ ਕੰਮ ਚਾਹੁੰਦੇ ਹਾਂ, ਥੋੜ੍ਹਾ ਵਾਲਾ ਆਪਾਂ ਮਾਰਿਆ ਜਾਂਦੇ, ਸਾਰੇ ਕੰਮ ਪੂਰੇ ਹੋਣਗੇ, ਸਾਨੂੰ ਬਹੁਤ ਵੱਡੀ ਉਮੀਦ ਆ। ਅਤੇ ਭਜਨ ਜੀ, 2022 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਅਹੁਦੇ ਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਿਠਾਇਆ, ਪਰ ਤੁਹਾਡੇ ਪਿੰਡ ਹਾਂਸ ਕਲਾਂ ਤੋਂ ਕਿਹੜੀ ਪਾਰਟੀ ਨੇ ਲੀਡ ਕੀਤੀ ਸੀ? ਆਮ ਆਦਮੀ ਪਾਰਟੀ ਨੇ ਜੀ। ਕਿੰਨੀਆਂ ਵੋਟਾਂ ਤੋਂ? ਇਹਨਾਂ ਦੀ ਤਕਰੀਬਨ ਹੋਊਗੀ ਜੀ 800 ਤੋਂ ਉੱਪਰ ਸੀਗੀ। ਦੂਜੇ ਨੰਬਰ 'ਤੇ ਆਇਆ ਜੀ। ਹਾਂਜੀ, ਪਹਿਲੇ ਤਾਂ ਅਕਾਲੀ ਆਏ ਸੀ, ਦੂਜੇ 'ਤੇ ਇਹ ਆਇਆ, ਤੀਜੇ 'ਤੇ ਕਾਂਗਰਸ ਸੀਗੀ। ਬਹੁਤ ਵਧੀਆ ਜਾਣੀ ਲੋਕਾਂ ਨੇ ਸਾਡਾ ਸਾਥ ਦਿੱਤਾ। ਦੇਖੋ, ਤੁਹਾਡੇ ਪਿੰਡ ਦੂਸਰੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਰਹੀ, ਪਰ ਜੇਕਰ ਗੱਲ ਕੀਤੀ ਜਾਵੇ ਪੂਰੇ ਪੰਜਾਬ ਦੀ, ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਝਾੜੂ ਫੇਰਤਾ। ਪਰ ਜੇਕਰ ਦਾਖਾ ਦੀ ਗੱਲ ਕਰੀਏ, ਇਹ ਜਾਦੂ ਦਾਖਾ ਵਿੱਚ ਕਿਉਂ ਨਹੀਂ ਚੱਲਿਆ? ਦਾਖਾ 'ਚ ਮੈਡਮ ਜਾਵਾਂ ਵੀ ਕੰਗ ਸਾਹਿਬ ਨੂੰ ਇਹਨਾਂ ਨੂੰ ਸੀਟ ਲੇਟ ਦਿੱਤੀ ਆ, ਜਿਹਦੇ ਕਾਰਨ ਇਹਨਾਂ ਤੋਂ ਪੂਰੀ ਤਿਆਰੀ ਨਹੀਂ ਹੋਈ। ਉਸ ਕਰਕੇ ਫਿਰ ਵੀ ਇਹਨਾਂ ਨੂੰ ਜਾਣੀ ਵੋਟ ਉਸ ਹਿਸਾਬ ਨਾਲ ਬਹੁਤ ਵਧੀਆ ਮਿਲੀ ਆ। ਹਾਂ, ਜਿਹੜੀ ਸਾਡੀ ਸੋਚ ਆ, ਜਾਣੀ ਵੋਟ ਫਿਰ ਵੀ ਵਧੀਆ ਮਿਲੀ ਆ, ਅਤੇ ਉਸ ਕਰਕੇ ਹੁਣ ਮਤਲਬ ਕੰਗ ਸਾਹਿਬ ਵਧੀਆ ਉਹ ਕੰਮ ਬਹੁਤ ਵਧੀਆ ਕਰ ਰਹੇ ਆ ਕੰਮ, ਕਿਉਂਕਿ ਹੁਣ ਦੂਏ ਚੌਥੇ ਦਿਨ ਜਾਂਦੇ ਉਹਨਾਂ ਕੋਲ, ਸਾਡੀ ਬਹੁਤ ਵਧੀਆ ਸੁਣਵਾਈ ਹੁੰਦੀ ਆ, ਅਤੇ ਸਾਨੂੰ ਪੂਰੀ ਉਮੀਦ ਆ ਵੀ ਜਿਹੜਾ ਗੱਲ ਕਰਾਂਗੇ ਸਾਡੀ ਉਮੀਦਾਂ ਦੇ ਉੱਤੇ ਪੂਰੇ ਉਤਰਨਗੇ ਉਹ। ਅਤੇ ਜੇਕਰ ਆਪਾਂ ਤੁਹਾਡੇ ਪਿੰਡ ਦੀ ਗੱਲ ਕਰੀਏ, ਹੁਣ ਜਾਣਕਾਰੀ ਦਿਓ ਕਿ ਪਿੰਡ ਹਾਂਸ ਕਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣ ਗਈ ਹੈ? ਕਮੇਟੀ ਹਾਂਜੀ, 12 ਮੈਂਬਰੀ ਬਣੀ ਹੋਈ ਹੈ ਜੀ। ਅਤੇ ਕਮੇਟੀ ਨੇ ਪ੍ਰਧਾਨ ਕੌਣ ਲਗਾਇਆ? ਪ੍ਰਧਾਨ ਮੈਂ ਹੀ ਹਾਂ ਜੀ, ਭਜਨ ਸਿੰਘ। ਅਤੇ ਜੇਕਰ ਆਪਾਂ ਗੱਲ ਕਰੀਏ, ਹੁਣ ਆਪਾਂ ਕੱਲ੍ਹ ਦੀ ਗੱਲ ਕਰਦੇ ਹਾਂ, ਬੀਤੇ ਦਿਨ ਅਸੀਂ ਤੁਹਾਡੇ ਪਿੰਡ ਹਾਂਸ ਕਲਾਂ ਦੇ ਵਿੱਚ ਦੋ ਬਜ਼ੁਰਗਾਂ ਨੂੰ ਮਿਲੇ ਸੀ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਵੀ ਤੁਹਾਡੇ ਭਰਾ ਨੇ ਸਰਦਾਰ ਕਰਨੈਲ ਸਿੰਘ ਜੀ ਅਤੇ ਸਰਦਾਰ ਜਰਨੈਲ ਸਿੰਘ ਜੀ। ਕੀ ਕਾਰਨ ਹੈ ਕਿ ਪਿੰਡ ਹਾਂਸ ਕਲਾਂ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਕੇ ਸਾਨੂੰ ਇੰਝ ਮਹਿਸੂਸ ਹੋਇਆ ਕਿ ਇੱਥੋਂ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਉਹ ਫਟਦੀ ਜਾ ਰਹੀ ਹੈ? ਹਾਂਜੀ ਮੈਡਮ, ਇਸ ਤਰ੍ਹਾਂ ਕੋਈ ਨਹੀਂ ਹੈਗਾ। ਇਹ ਤਾਂ ਹੁਣ ਮਤਲਬ ਕੰਮ ਤਾਂ ਮੈਂ ਵੀ ਕਰਾਉਣਾ, ਕਹਿੰਦਾ ਵੀ ਕਰਾਵਾਂ, ਉਹ ਵੀ ਕਹਿੰਦੇ ਆ ਕਰਾਈਏ। ਮੈਂ ਤਾਂ ਇਹ ਕਹਿੰਦਾ ਵੀ ਕੰਮ ਹੋਣਾ ਚਾਹੀਦਾ, ਕੋਈ ਵੀ ਕਰਾਓ, ਪਰ ਲੋਕ ਉਹਨਾਂ ਨੂੰ ਉਹਨਾਂ ਨਹੀਂ ਚਾਹੁੰਦੇ। ਪਤਾ ਨਹੀਂ ਕੀ ਗੱਲ ਆ, ਜਾਂ ਉਹ ਲੋਕਾਂ ਦੇ ਨਾਲ ਤੁਰਦੇ ਨਹੀਂ, ਜਾਂ ਕਿਸ ਤਰ੍ਹਾਂ ਕੋਈ ਕੰਮ ਨਹੀਂ ਸਿਰੇ ਚੜ੍ਹਦਾ ਬਈ, ਜਿਹਦੇ ਕਰਕੇ ਮੇਰੇ ਕੋਲ ਜ਼ਿਆਦਾ ਆਉਂਦੇ ਆ, ਪਰ ਮੈਂ ਜਵਾਬ ਕਿਸੇ ਨੂੰ ਨਹੀਂ ਦਿੰਦਾ। ਕੋਲੋਂ ਖਰਚੇ ਕਰਕੇ, ਆਪਣੀ ਗੱਡੀ ਦੇ ਵਿੱਚ ਤੇਲ ਪਾ ਕੇ, ਕੋਲੋਂ ਪੈਸੇ ਖਰਚ ਕੇ, ਪਰ ਮੈਂ ਲੋਕਾਂ ਦੇ ਕੰਮ ਕਰਾ ਰਿਹਾ ਵਾਂ, ਕਰਾਉਂਦੇ ਵੀ। ਇੱਕ ਮਿੰਟ ਜੀ, ਜੇਕਰ ਆਪਾਂ ਗੱਲ ਕਰੀਏ ਸਾਈਕਲ ਵਾਲੇ ਬਾਬੇ ਦੀ, ਹੈ ਨਾ, ਸਾਈਕਲ ਵਾਲੇ ਬਾਬੇ, ਤੁਸੀਂ ਸਮਝ ਗਏ ਹੋ ਵੀ ਕਿਹਨਾਂ ਦੀ ਗੱਲ ਕਰ ਰਹੀ ਹਾਂ। ਉਹ ਤੁਹਾਡੇ ਵੱਡੇ ਭਾਈ ਸਾਹਿਬ ਨੇ, ਸਰਦਾਰ ਕਰਨੈਲ ਸਿੰਘ ਜੀ, ਸਰਦਾਰ ਜਰਨੈਲ ਸਿੰਘ ਜੀ ਅਤੇ ਸਰਦਾਰ ਭਜਨ ਸਿੰਘ ਜੀ। ਇੱਕ ਪਰਿਵਾਰ ਦੇ ਤਿੰਨ ਪੁੱਤ ਨੇ ਅਤੇ ਤਿੰਨੋ ਹੀ ਤੁਸੀਂ ਭਰਾ ਹੋ। ਤੁਹਾਡੇ ਈਵਨ ਤੁਹਾਡਾ ਫੇਸ ਅਤੇ ਸਰਦਾਰ ਜਰਨੈਲ ਸਿੰਘ ਜੀ ਦਾ ਫੇਸ ਦੇਖ ਕੇ ਅਗਲਾ ਕਿ ਇੱਕ ਦੂਜੇ ਦੀ ਫੋਟੋ ਕਾਪੀ ਨੇ, ਹੈ ਨਾ ਜੀ। ਪਰ ਕੀ ਕਾਰਨ ਹੈ ਕਿ ਤੁਸੀਂ ਤਿੰਨ ਭਰਾ ਇੱਕ ਹੋ ਕੇ ਨਹੀਂ ਤੁਰ ਪਾ ਰਹੇ? ਮੈਡਮ, ਉਹਨਾਂ ਦੀ ਸੋਚ ਆ, ਉਹਨਾਂ ਦੀ ਸੋਚ ਆ। ਮੈਂ ਤਾਂ ਜਦੋਂ ਵੀ ਕਹਿੰਦਾ ਵੀ ਇੱਕ ਆਪਾਂ ਇਕੱਠੇ ਹੋ ਕੇ ਕੰਮ ਕਰਾਂਗੇ ਤਾਂ ਉਹ ਕੰਮ ਦੇ ਵਿੱਚ ਬਰਕਤ ਰਹੂਗੀ, ਪਰ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕਿਉਂ ਆ, ਪਤਾ ਨਹੀਂ ਕੋਈ ਪਰਿਵਾਰ ਨੂੰ ਘਰ ਦੇ ਵਿੱਚ ਜ਼ਮੀਨ ਦਾ ਜਾਂ ਕੋਈ ਹੋਰ ਚੀਜ਼ ਦਾ ਉਹਨਾਂ ਦੇ ਮਨ ਦੇ ਵਿੱਚ ਕੋਈ ਇਹੋ ਜਿਹਾ ਵਾ ਜਿਹੜੀ ਸ਼ੰਕਾ ਉਹਨਾਂ ਨੂੰ
मतलब तां नहीं उठन दिंदी। पर मैं तो यही कहना भी जिते कट्ठे होकर चलांगे वो काम दे विच बरकत होगी, पर वो मेरे नाल दिल नहीं मिला रहे। ये पिंड दे विचों तुसीं जित्थों मर्जी पता कर सकते हो। देखो चलो आप है ना तुसीं तुहाडे तिन्नां दे विच कोई मन मुटाव होएगा, पर कई बार इस तरह होंदा कि जिहड़े तुहाडे तिन्नां दे दिल नहीं मिल रहे, इसदा जिहड़ी विरोधी पार्टियां ने उहनां नूं फायदा हो जाएगा। तो तुसीं आपस दे विच तिन्नों जाने इकट्ठे होण दे लई की उपराला तुसीं सोचिआ? मैडम मैं जवाब कदे भी नहीं दिंदा, जो भी कोई काम आ मैं स्नेह भी घलदा रहा इन्हां नूं, पर मेरे कोल नहीं आके राजी। पता नहीं इन्हां दे मन दे विच की हैगा की नहीं, पर मैं तो ये कहना भाई वधिया आपदियां लंबियां उमरां भुगत के जो भी होना वधिया काम कार करन मैं खुश हाँ, पर यह पता नहीं खुश आ जां नहीं खुश, जिहड़ी मेरी सोचनी आ उन्हां नालों वक्खरी आ। सरदार भजन सिंह जी दे नाल अगली गलबात आपां शुरू करिए, उस तो पहला सिटी लाइव चैनल दे जरिए पिंड हांसकल्ला दे ही आम आदमी पार्टी वाले नहीं, पंजाब दे विच होर भी जिथे हांसकल्ला पिंड वांगू किते ना किते आम आदमी पार्टी दे वर्करां च जिहड़ा कोई मन मुटाव है उन्हां नूं इक सुनेहा देना चाहांगे। सरकार 2017 दी जबरदस्त हार तो बाद 2022 दे विच मुख्यमंत्री भगवंत सिंह मान दे चेहरे नूं लेके पंजाब च सरकार बनी है, ते अज जेकर तुहाडी अपनी सरकार बनी है तो इस सरकार दा मान सम्मान भी वोटरां सपोर्टरां ने रखना है, अपने एक नूं तुसीं सारे बरकरार रखो। ते भजन जी आपां जेकर गल करिए हुण तुहाडे पिंड दी, जिस समय स्वर्गवासी सरदार मनजीत सिंह जी सी उन्होंने कुछ समा काम किया, उस तो बाद अधिकारी सरपंच ला गए सरदार महेंद्र सिंह जी, हुण इस पंचायत ने जो पिंड दे काम कार किते कि तुसीं उन्हां कम्मां तो संतुष्ट हो? हाँ जी बहुत खुश हाँ जी, जिहड़े मनजीत सिंह ने काम किते आ वधिया किते आ, कोई माड़ा काम नहीं किया वधिया किते आ, पिंड दी हर एक दी गल सुणदे सीगे हर एक दे नाल तुरदे सीगे, वधिया काम किते आ असीं खुश हाँ उन्हां ते। ते इस समय तुहाडे पिंड दे विच अधिकारी सरपंच लगे होए ने जी, ते ए वी जानकारी दिओ कि अधिकारी सरपंच होण दे नाल नाल की तुहानू प्रबंधक भी मिले ने? हाँ जी प्रबंधक जो भी काम करना वो मैं ही करदा जी, वो मैं ही करदा वा, बाकी जिहड़ा हुण आपां काम करवाउणे आ वो सैकटरी साहब आ जां वीडियो साहब आ उन्हां दी राय नाल ही जिहड़े काम आ वो करवाए जाणगे, उन्हां दी सलाह नाल ही चलांगे असीं। जो कांग्रेस पार्टी दे अकाली पार्टी दे बंदे आ वो सारे अपना साथ ही लैंदे आ, अपना साथ भालदे आ, जिवें जिवें असीं उन्हां दे नाल तुरदे आ काम उन्हां दे करवाउणे आ, असीं आप करवा रहे हां उन्हां दे काम। ते जेकर आपां भजन जी आने वाले समय की गल करिए, तुहानू पता है कि कुछ समा रह गया जिला परिषद दीआं चोणां नूं, कुछ समा रह गया ब्लाक समिति दीआं चोणां नूं, ते कुछ समा रह गया सरपंच दीआं चोणां नूं, कि आने वाले समय दे विच तुसीं मैदान विच उतरोगे? मैडम मैं तां नहीं चाहुंदा वी मैं उतरां, पर मैनूं लोक चाहुंदे आ, लोक चाहुंदे आ वी सरपंच बनाउणा तुहानूं काम वधिया करदा, इह लोकां नूं पता वी काम मैं करवाउणा जां नहीं करवाउंदा, मैं इदां वां मैं अपने काम बिगाड़ के वी हर एक का मैं कहना भी भला होवे काम वधिया होण, उस करके मैं आपदे पल्लों तेल फूकदा, जो भी खर्चा हुंदा मैं कोलों करदा, ये पिंडदियां नूं पता भी करदा जां नहीं करदा, पर वह चाहुंदे आ भी तुसीं उह सरपंच बणो, असीं तुहानूं उह चाहुंदे आ, असीं सहमति नाल ही बनावांगे, इह गल चाहुंदे आ लोक। भजन सिंह जी ये जानकारी दिओ कि तुहाडे पिंड दे किहड़े किहड़े विकास काम ने जिहड़े तुसीं चाहुंदे हो कि तुहाडे हलका इंचार्ज सरदार कमल नैन सिंह कंग पहल दे आधार ते करवाण? मैडम एक तो साढ़े सड़कां दो तीन बहुत ज़्यादा टुटियां पईआं, बार देके वाली सड़क आ पिंड दे विचाल दा ही रस्ता वह भी, बाकी साढ़े सीवरेज पैण वाले आ, दूजे नंबर ते स्कूल दे विच जो हाई स्कूल आ उस दे विच भी टीचर चार पंज घट आ, मैडम प्रिंसीपल नाल मेरी गल होई सीगी उन्हां टीचरां दी बहुत घाट आ, जिहड़े प्राइमरी स्कूल आ उन्हां दे विच भी दो टीचर घाट आ, बाकी होर भी निक्के मोटे काम कई आ, ते इक टैंकी दा पाणी दी साढ़े बहुत प्रॉब्लम आ, पानी वो पूरा नहीं आता जिदे करके पानी का कोई ना कोई हल हो जाए, साढ़े पिंड पूरा पहुँचे पानी तो लोगों को बहुत समस्या वड्डी आ, एक पानी का एरो लग जाए तो बाली वधिया गल आ, पानी साफ सुथरा मिलन लग जाए, इस तरह काफ़ी समस्या है जड़ियाँ पूरिया करन वालियाँ। तुहाडे पिंड वासियां नाल जदों गलबात हुई एक जानकारी होर मिली, तुहाडे पिंड हांसकल्ला दे विच सरकारी स्कूल ते गुरद्वारा साहब बिल्कुल नाल ने, तो जदों गुरद्वारा साहब दे विच खुशी की रस्म या कोई दुख की रस्म निभाई जाती है तो बच्चों की पढ़ाई विच विघन पैंदा है, उहदे बारे तुसीं की सोचा होया? मैडम इस तरह गल है काफ़ी गल जाने दूर तक बाहरों एन आर आई वीरां ने भी सहयोग दिता, वो कहिंदे पैसे दिंदे आ पिछे करके स्कूल पा लो इस तरह कर लो इस तरह, हर एक अपने अपनी जाने राय दिंदे रहे,
उस तो बाद मैं अपने मन के सोचा, मैं गुरद्वारा साहब कमेटी के उन्होंने गलबात की, गलबात की तो मैं उन्होंने आख्या मैं बच्चों की पढ़ाई बहुत ज़्यादा खराब होंगी आ, भाई जो प्रिंसीपल आ मेरी उन्होंने गल हो चुकी आ, मैडम कहते पढ़ाई बहुत ज़्यादा खराब होंगी आ, कन्ना दे विच कोई सानू आवाज़ बच्चों की पढ़ाई की नहीं सुनती, मैं जिदे करके कोई ना कोई हल हो जाए। उस तो बाद मैं जाके कमेटी के नाल जो गलबात की, कमेटी ने मेरी सारी गल प्रवान कर ली। प्रवान करन तो बाद हुण अंदरले स्पीकर ही लाए जाते, बाहरले स्पीकर बंद किए जाते, एक दस्या जाता भी कि समागम किस तरह का प्रोग्राम आ, उस तो बाद बाहरले स्पीकर बंद किए जाते, अंदरले स्पीकर के नाल ही मतलब वह सारा जो प्रोग्राम हो जाता वा, वो करके हुण मैडम भी पूरे खुश है स्कूल वाले। नहीं बहुत वधिया तुसी डिसीजन लिया, तो बट काशी डिसीजन बारे उदो सोचा जाता जो गुरुद्वारा साहब का नींह पत्थर रख्या गया कि कोल स्कूल हैगा तो बच्चों प्रॉब्लम आएगी। तो आप जेकर गल करिए हुण तुहाडे पिंड दी ही, तुहाडे पिंड दे विच नशे दे की हालात ने? मैडम बाहर तो सुनीदा भी नशियां का कोई ज़्यादा नहीं फर्क पिया, पर साडे पिंड दे विच मैं जिवें विचरदा वा लोगों नूं कहना भी आ भाई नशे तो बचो, भई यह चंगी गल नहीं, जां किस तरह भी आ, जां माड़ा मोटा पुलिस नूं भी माड़ा मोटा मैं दसदा रहना, पर उहदे कारण ला लो जां किस तरह भी ला लो साडे पिंड दे जाने पहलां नालों काफ़ी फर्क आ घटिया होया। हाँ जी, ते जदों आपां तुहाडे पिंड दी गल करदे आ, जदों हलका दाखा दे विच पिंडां दी गल कीती जांदी है, जिस समय तुहाडे सरपंच स्वर्गवासी सरदार मनजीत सिंह जी पिंड विच मौजूद सी स्वर्गवास होने तो पहला, तो हांस कला पिंड दाखा दे विच सरपंच दा नाम पहले नंबर ते लिया जांदा सी, लोक कहिंदे सी कि सरपंच आ हांस कला दा मनजीत है ना, बट उहनां दे स्वर्गवास होने तो बाद तुहाडे पिंड दी जिहड़ी दिख है वह इन्नी पछड़ गई कि लोग हंस कला पिंड दे जिहड़े सरपंच नूं ने अज भुलदे जा रहे ने। बिल्कुल जी बिल्कुल, ये जिवें जिवें जी सरकार बदल गई उसे तरह लोग सरपंच नूं भी भुल गए। हाँ जी, पहला सरपंच का नाम वधिया उच्चा सीगा, इस तो पहला गुरदीप सिंह सरपंच सीगे आली दे नाल उह सीगे, मतलब उन्होंने काम बहुत वधिया कीते आ। हाँ जी, ग्राउंड कीते जां होर भी पिंड दे विच काफ़ी उन्होंने काम कीता वधिया विचरे आ जाने, इस तरह वा भी हुण गलियां गुलियां दे काम जिहड़े इस तरह इंटरलॉक लगदे आ जां किस तरह भी आ, साडे काम पिंड दे काम कई अधूरे पए आ, जिहड़े कंग साहब नूं असीं बेनती करांगे भई तुसीं इह जरूर साडे सुनवाई कीती जावे इस गल दी। ਤੁਸੀਂ ਕੰਮਾਂ ਦੀ ਗੱਲ ਕੀਤੀ ਹੈ ਕਿ ਕੰਗ ਸਾਹਿਬ ਤੁਹਾਡੇ ਉਹਨਾਂ ਕੰਮਾਂ ਦੀ ਸੁਣਵਾਈ ਕਰਨ, ਅਤੇ ਜਦੋਂ ਆਮ ਇਜਲਾਸ ਹੋਇਆ ਸੀ ਕਿ ਤੁਹਾਡੇ ਪਿੰਡ ਦੇ ਵਿੱਚ ਉਸ ਆਮ ਇਜਲਾਸ ਦੇ ਸਮੇਂ ਮਤੇ ਪਾਏ ਗਏ, ਜੇਕਰ ਪਾਇਆ ਮਤਾ ਤੁਸੀਂ ਕਿਹੜੇ ਕਿਹੜੇ ਪਾਏ ਨੇ? ਉਹ ਜੀ ਇੱਕ ਤਾਂ ਗਲੀਆਂ ਨਾਲੀਆਂ ਦਾ ਪਾਇਆ ਵਾ ਬਈ, ਗਲੀਆਂ ਦੇ ਵਿੱਚ ਜਿਸ ਤਰ੍ਹਾਂ ਵੀ ਹੁਣ ਆਪਣੇ ਇੱਟਾਂ ਵਾਲੀ ਗਲੀਆਂ ਲਾ ਲਓ, ਉਹ ਇੱਟਾਂ ਬਿਲਕੁਲ ਬਹਿ ਗਈਆਂ, ਉਹਨਾਂ ਦੇ ਵਿੱਚ ਟਾਇਲ ਆਪਣਾ ਲੱਗ ਜਾਏ, ਜਿਹੜਾ ਪੱਥਰ ਆਪਣੇ ਕਹਿੰਦੇ ਨੇ ਇੰਟਰਲੋਕ, ਇੰਟਰਲੋਕ ਲੱਗ ਜਾਏ, ਅਤੇ ਇੱਕੋ ਸਾਈਡਾਂ 'ਤੇ ਜਿਵੇਂ ਆਉਣਾ ਹੋਏਗਾ ਆਪਣੇ ਪਾਈਪਾਂ ਪੈ ਜਾਣ, ਉਹਦੇ ਕਰਕੇ ਵੀ ਆਪਣਾ ਪਿੰਡ ਦਾ ਸੁਧਾਰ ਹੋ ਜਾਵੇ, ਇਸ ਤਰ੍ਹਾਂ ਦੀਆਂ ਕਈ ਜਾਣੇ ਪਾਏ ਸੀਗੇ ਅਸੀਂ। ਬਾਕੀ ਦੇਖੋ ਹੁਣ ਕੀ ਕੰਮ ਹੁੰਦੇ ਆ, ਜੋ ਸਰਕਾਰ ਕਰੇਗੀ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ, ਉਹਨਾਂ ਤੋਂ ਬੇਨਤੀ ਕਰਾਂਗੇ ਵੀ ਸਾਡਾ ਵੱਧ ਤੋਂ ਵੱਧ ਪਿੰਡ ਦਾ ਕੰਮ ਹੋ ਜਾਵੇ। ਸਰਕਾਰ ਤੁਹਾਡੀ ਆਪਣੀ ਹੈ, ਅਤੇ ਕਮੇਟੀ ਮੈਂਬਰ ਦੇ ਵਿੱਚ 2% ਤੁਹਾਡੇ ਆਪਣੇ ਪਰਿਵਾਰ ਦੇ ਨੇ, ਅਤੇ ਤੁਹਾਨੂੰ ਜਾਣਕਾਰੀ ਹੋਏਗੀ ਕਿ ਕਰਨੈਲ ਜੀ ਅਤੇ ਜਰਨੈਲ ਜੀ ਦੀ ਇੱਕ ਸਮੱਸਿਆ ਨਾਲੀ ਦੀ, ਉਹਨਾਂ ਦੇ ਘਰ ਦੇ ਮੂਹਰੇ ਦੀ ਹੈ ਨਾ, ਉਹ ਸਮੱਸਿਆ ਕੀ ਤੁਸੀਂ ਆਉਣ ਵਾਲੇ ਸਮੇਂ 'ਚ ਖਤਮ ਕਰਵਾਓਗੇ? ਬਿਲਕੁਲ ਜੀ ਮੈਡਮ, ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀਗਾ ਮੈਡਮ, ਪਰ ਇਹ ਕਾਂਗਰਸੀ ਅਕਾਲੀ ਉਹਨਾਂ ਦਾ ਨਾਂ ਬਣਨ ਦੇ ਕਾਰਨ ਇਹਨਾਂ ਨੇ ਨਹੀਂ ਬਣਨ ਦਿੱਤੀ। ਉਸ ਤੋਂ ਬਾਅਦ ਇਹਨਾਂ ਨੇ ਜਦੋਂ ਇਹਨਾਂ ਦਾ ਪਾਣੀ ਨਹੀਂ ਕਿਸੇ ਪਾਸੇ ਨਿਕਲਿਆ, ਫਿਰ ਇਹਨਾਂ ਦੇ ਆਪਦੇ ਪੈਸਿਆਂ ਦੇ ਨਾਲ ਆਪ ਬਣਾਈ ਆ, ਉਹਨਾਂ ਨੇ ਬਹੁਤ ਪੰਚਾਇਤ ਬਣਾ ਕੇ ਰਾਜ਼ੀ ਸੀ, ਪਰ ਇਹਨਾਂ ਨੇ ਨਹੀਂ ਬਣਨ ਦਿੱਤੀ ਉਸ ਟਾਈਮ। ਚਾਹੇ ਮੇਰੇ ਭਰਾ ਹੀ ਆ, ਜਿਹੜੀ ਗੱਲ ਸਹੀ ਆ ਮੈਂ ਉਹੀ ਕਹੂੰਗਾ। ਹਾਂਜੀ, ਅਤੇ ਅੰਤ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜ਼ਰੀਏ ਤੁਹਾਡੇ ਹਲਕਾ ਇੰਚਾਰਜ ਸਰਦਾਰ ਕਮਲ ਨੈਣ ਸਿੰਘ ਕੰਗ ਨੂੰ ਤੁਸੀਂ ਆਪਣੇ ਪਿੰਡ ਹੰਸ ਕਲਾ ਦੇ ਵਿਕਾਸ ਕੰਮਾਂ ਲਈ ਕੀ ਕਹਿਣਾ ਚਾਹੁੰਦੇ ਹੋ? ਅਸੀਂ ਜੀ ਉਹਨਾਂ ਨੂੰ ਇਹੀ ਬੇਨਤੀ ਕਰਦੇ ਹਾਂ, ਸਾਰੇ ਜਿਹੜੇ ਸਾਡੇ ਪਿੰਡ ਦੇ ਕੰਮ ਆ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਵੀ ਸਾਡੇ ਜੋ ਵੀ ਕੰਮ ਆ, ਕੋਈ ਮਤਲਬ ਆਪਦੀ ਸਰਕਾਰ ਹੋਣ ਦੇ ਕਾਰਨ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਨਾ ਰਹੇ, ਸਾਰੇ ਕੰਮ ਹੋ ਜਾਣ ਤਾਂ ਸਾਰੇ ਉਹਦੇ ਕਹਿਣ ਨੂੰ ਪਿੰਡ ਦੇ ਸਾਰੇ ਵਾਸੀ ਖੁਸ਼ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਜਾਣਨ ਲਈ ਕਿ ਮੌਜੂਦਾ ਸਰਕਾਰ ਦੇ ਹਲਕਾ ਇੰਚਾਰਜ ਸਰਦਾਰ ਕਮਲ ਨੈਣ ਸਿੰਘ ਕੰਗ ਹਲਕਾ ਦਾਖਾ ਦੇ ਪਿੰਡ ਹਾਂਸ ਕਲਾਂ ਦੇ ਵਿਕਾਸ ਕੰਮਾਂ ਨੂੰ ਕਿਸ ਪ੍ਰਕਾਰ ਨੇਪਰੇ ਚੜ੍ਹਾ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਰੰਗਲਾ ਪੰਜਾਬ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ, ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।